देखो जी यासर भाई बॉर्डर से जीरो लाइन ते खलोता है ते इंडिया नू चैलेंज कर रहा के ए देखो स्टैंड करके थोनू दसन गया या बड़ा ही खतरनाक स्टैंड ते ए देखो हेलो पाकिस्तान जिंदाबाद गुंडबाजी लाके नाल खलो गए अज दा वीडियो जेड़ा साडा के असी जलाले शरीफ आए दे आ ते एथे दे दो होनहार ते जेड़े के बाजुआ ते जान रख देना ओ दो भरा साढ़े नाल इस टाइम मौजूद है इन्हां कोलों असी अज इन्हां दा शो ते इन्हां दे स्टैंड ओ अज दी इस वीडियो दे विच तुहाडे नाल शेयर करांगे कि थोड़ा जिन्ना इन्हां कोलों कुछ सवालात भी पुछांगे कि इन्हां ने स्टैंडबाजी कदों शुरू कीती ते इन्हां दा मकसद की है इस स्टैंडबाजी नूं करन दा ते साढ़े नाल यासर भाई ते उमर दराज भाई मौजूद ने ते सब तो पहला यासर भाई नूं यासर भाई अस्सलाम वालेकुम यासर भाई अज तुसी स्टैंड करदे हो एदे बारे च सानूं दसो कि तुसी कदों तो शुरू कीता ते ऐ किस वास्ते तुसी कर रहे हो सानूं ऐ काफी देर तो शौक है असीं चाहुंदे आ कि सानूं अल्लाह पाक ने जान दित्ती है ते असीं अपनी जान की हिफाजत करिए अपनी जान नूं किसे अच्छे काम दे विच जमाइए इस वास्ते कि सारे भैन भरावां असीं कहिंदे आ कि जिन्हों भी अल्लाह पाक ने जिंदगी दित्ती है अपने शौक अच्छे रखे नशा वगैरह ना करे इसलिए कि असीं अपने दुश्मनां नूं दस सकीए कि असीं भी किसे तों घट नहीं है ते यासर भाई कहिंदे पए ने ते हर किसे नूं चाहीदा कि अपनी जान नूं जिहड़ा ना अपनी ताकत नूं कायम दायम रखन ते ਇਹ ਸਟੈਂਡ ਇਸ ਵਾਸਤੇ ਕਰਦੇ ਨਾ ਕਿ ਇਹਨਾਂ ਦਾ ਸ਼ੌਕ ਕੀ ਹੈ ਤੁਹਾਡਾ ਕਿ ਇਹ ਤੁਸੀਂ ਜਿਹੜਾ ਸਟੈਂਡ ਕਰਦੇ ਹੋ ਕੀ ਬਣਨਾ ਚਾਹੁੰਦੇ ਹੋ ਜਾਂ ਕੀ ਮੁਲਕ ਵਾਸਤੇ ਕਰਨਾ ਚਾਹੁੰਦੇ ਹੋ ਅਸੀਂ ਆਪਣੇ ਮੁਲਕ ਦੀ ਹਿਫਾਜ਼ਤ ਵਾਸਤੇ ਇਹ ਸਭ ਕੁਛ ਕਰਨੇ ਇਸ ਵਾਸਤੇ ਕਿ ਸਾਡੇ ਮੁਲਕ 'ਤੇ ਕੋਈ ਉਂਗਲੀ ਤੱਕ ਵੀ ਨਾ ਚੁੱਕਿਆ ਹੈ ਅਸੀਂ ਸਾਰਿਆਂ ਨੂੰ ਦੱਸਦੇ ਹਾਂ ਕਿ ਪਾਕਿਸਤਾਨੀ ਕਿਸੇ ਤੋਂ ਘੱਟ ਨਹੀਂ ਹੈ ਅੱਲਾਹ ਪਾਕ ਨੇ ਸਾਰਿਆਂ ਨੂੰ ਜਾਨ ਦਿੱਤੀ ਹੈ ਅਤੇ ਸਾਰਿਆਂ ਨੂੰ ਚਾਹੀਦਾ ਆਪਣੀ ਜਾਨ ਦੀ ਹਿਫਾਜ਼ਤ ਕਰਨੀ ਚਾਹੀਦੀ ਹੈ ਉਹਨੂੰ ਕਿਸੇ ਅੱਛੇ ਕੰਮ ਦੇ ਲਈ ਸਾਨੂੰ ਸਿਰਫ ਸ਼ੌਕ ਹੈ ਕਿ ਅਸੀਂ ਆਰਮੀ 'ਚ ਜਾਈਏ ਅਤੇ ਆਪਣੇ ਪਾਕਿਸਤਾਨ ਦੀ ਹਿਫਾਜ਼ਤ ਕਰੀਏ ਅਤੇ ਯਾਸਰ ਭਾਈ ਦਾ ਕਹਿਣਾ ਹੈ ਕਿ ਮੇਰਾ ਜਿਹੜਾ ਸ਼ੌਕ ਹੈ ਅਤੇ ਆਰਮੀ ਦੇ ਵਿੱਚ ਭਰਤੀ ਹੋਣਾ ਸੀ ਉਹਨਾਂ ਦਾ ਸ਼ੌਕ ਹੈ ਤਾਂ ਵਾਸਤੇ ਉਹ ਸਟੈਂਡ ਕਰ ਦੇਣਾ ਤਾਂ ਕਿ ਉਹ ਆਰਮੀ ਦੇ ਵਿੱਚ ਜਾ ਕੇ ਆਪਣੇ ਮੁਲਕ ਦੀ ਹਿਫਾਜ਼ਤ ਔਰ ਦੁਸ਼ਮਣਾਂ ਨੂੰ ਇਹ ਦੱਸ ਸਕੇ ਕਿ ਪਾਕਿਸਤਾਨ ਦੀ ਸਰਜ਼ਮੀਨ ਮਿੱਟੀ ਦੇ ਉੱਤੇ ਕਿਸੇ ਦੁਨੀਆ ਦੇ ਕੋਨੇ ਤੋਂ ਘੱਟ ਨਹੀਂ ਹੈ ਅਤੇ ਇਸ ਵਾਸਤੇ ਉਹ ਦਿਨ ਰਾਤ ਮਿਹਨਤ ਕਰ ਦੇਣਾ ਅਤੇ ਸਟੈਂਡ ਕਰ ਦੇਣਾ ਅਤੇ ਵਰਦਿਸ਼ ਕਰ ਦੇਣਾ ਅਤੇ ਹੁਣ ਆਉਂਦੇ ਹਾਂ ਅਸੀਂ ਉਮਰ ਭਾਈ ਵੱਲ ਅਤੇ ਉਮਰ ਭਾਈ ਕੋਲ ਵੀ ਕੁਛ ਅਸੀਂ ਜਿਹੜੇ ਨਾ ਸਵਾਲਾਂ ਪੁੱਛਾਂਗੇ ਅਤੇ ਇਸ ਤੋਂ ਪਹਿਲਾਂ ਯਾਸਰ ਭਾਈ ਤੁਸੀਂ ਕਿੰਨਾ ਪੜ੍ਹੇ ਹੋ ਅਸੀਂ ਅੰਡਰ ਮੈਟ੍ਰਿਕ ਹਾਂ 8 ਪਾਸ ਕੀਤੀਆਂ ਲਾ ਦਿਵਾਇਆ ਤੋਂ ਸਕੂਲ ਛੱਡ ਦਿੱਤਾ ਯਾਸਰ ਭਾਈ ਉਹਨਾਂ ਨੇ ਆਰਮੀ ਦਾ ਜਿਹੜਾ ਨਾ ਇੰਟਰਵਿਊ ਦਿੱਤਾ ਆ ਸਾਡੀ ਦੁਆ ਆ ਕਿ ਅੱਲਾਹ ਤਾਲਾ ਇਹਨਾਂ ਨੂੰ ਕਾਮਯਾਬ ਕਰੇ ਅਤੇ ਪਾਕਿਸਤਾਨ ਦਾ ਨਾਮ ਰੋਸ਼ਨ ਕਰੇ ਅਤੇ ਹੁਣ ਆਉਂਦੇ ਹਾਂ ਅਸੀਂ ਉਮਰ ਭਾਈ ਵੱਲ ਅਤੇ ਉਮਰ ਭਾਈ ਤੁਸੀਂ ਜਿਹੜਾ ਕਿੰਨਵੀਂ ਕਲਾਸ 'ਚ ਪੜ੍ਹਦੇ ਹੋ ਤੁਸੀਂ 8 ਅਤੇ ਇਹ ਭਾਈ ਜਿਹੜੇ ਨਾ 8ਵੀਂ ਕਲਾਸ 'ਚ ਪੜ੍ਹਦੇ ਨਾ ਅਲੇ ਛੋਟੀ ਜਿਹੀ ਉਮਰ ਆ ਅਤੇ ਇਹਨਾਂ ਕੋਲ ਪੁੱਛਣਾ ਕਿ ਇਹਨਾਂ ਦਾ ਸ਼ੌਕ ਕੀ ਆ ਅਤੇ ਇਹ ਸਟੈਂਡ ਵਗੈਰਾ ਜਿਹੜੇ ਨਾ ਕਿਉਂ ਕਰਦੇ ਨੇ हेलो अस्सलाम वालेकुम मुझे छोटा जब मैं थोड़ी सी उम्र का था तो मैनू जिमनास्टिक करने का शौक है और मैं कहता जो भी हमारे दोस्त हमारे साथ जिमनास्टिक करें और मैं बड़ा होकर कमांडो बनना चाहता हूँ और मैं कहता हूँ जो भी मेरे साथ दोस्त है वो मेरे साथ जिमनास्टिक करें और अपनी जान के हिफाजत करें और पाकिस्तान के लिए गबरू जवान उठे और ਸਟੈਂਡ ਜਿਹੜੇ ਕਰਦੇ ਨੇ ਖਤਰਨਾਕ ਸਟੈਂਡ ਜਿਹੜੇ ਕਿ ਤੁਹਾਨੂੰ ਅੱਜ ਦੀ ਇਸ ਵੀਡੀਓ 'ਚ ਮੈਂ ਸ਼ੇਅਰ ਕਰਾਂਗਾ ਅਤੇ ਇਹਨਾਂ ਹੁੰਦੀ ਆ ਵੀ ਮੈਂ ਮੁਲਕ ਦੀ ਹਿਫਾਜ਼ਤ ਕਰ ਸਕਾਂ ਵੱਡਾ ਹੋ ਕੇ ਔਰ ਮੈਂ ਕਮਾਂਡੋ ਬਣਨਾ ਚਾਹਤਾ ਹਾਂ ਔਰ ਜੋ ਵੀ ਪਿੰਡ ਮੇਰੇ ਦੋਸਤ ਆ ਉਹ ਵੀ ਕਮਾਂਡੋ ਬਣਨਾ ਚਾਹਤੇ ਹਾਂ ਉਹ ਹਮਾਰੇ ਸਾਥ ਜਿਮਨਾਸਟਿਕ ਕਰਤੇ ਹਾਂ ਔਰ ਇਹ ਯਾਸਰ ਭਾਈ ਔਰ ਕਦੀਰ ਖਾਂ ਉਹ ਅੱਜ ਆਪਣੇ ਗਾਉਂ ਚਲਾ ਗਿਆ ਇਹ ਯਾਸਰ ਭਾਈ ਹਮੇ ਜਿਮਨਾਸਟਿਕ ਸਿਖਾਤੇ ਹਾਂ ਔਰ ਹਮ ਇੱਧਰ ਜਲਾਲੇ ਕੇ ਰਹਿਣੇ ਵਾਲੇ ਹਮ ਪਾਕ ਆਰਮੀ 'ਚ ਹਿੱਸਾ ਲਵਾਂ ਅਤੇ ਹਿੱਸਾ ਲਾਇਆ ਮੈਂ ਕਮਾਂਡੋ ਕੋਰਸ ਕਰਨਾ ਚਾਹੁੰਦਾ ਅਤੇ ਮੈਂ ਕਮਾਂਡੋ ਕੋਰਸ ਕਰਕੇ ਪਾਕਿਸਤਾਨ ਆਪਣੇ ਪੈਰੇ ਪਾਕਿਸਤਾਨ ਕੇ ਹਿਫਾਜ਼ ਕਰਨਾ ਚਾਹਤਾ ਹਾਂ ਔਰ ਮੈਂ ਵੀ ਆਪਕੋ ਦਾਵਾ ਦੇ ਰਹਾ ਹਾਂ ਵੀ ਜੋ ਹਮਾਰੇ ਦੋਸਤ ਸਾਥੀ ਹੈ ਉਹ ਆਪਣੀ ਜਾਨ ਕੇ ਹਿਫਾਜ਼ ਕਰੇ ਔਰ ਸਹੀ ਕਾਮ ਪਰ ਧਿਆਨ ਦੇ ਔਰ ਇਹ ਉਮਰ ਦਰਾਜ ਭਾਈ ਕਾ ਇਹ ਕਹਿਣਾ ਹੈ ਕਿ ਮੈਂ ਆਰਮੀ ਜਿਹੜੀ ਹੈ ਨਾ ਉਹਨੂੰ ਜੁਆਇਨ ਕਰਨਾ ਚਾਹੁੰਦਾ
ते अपने पाकिस्तान दा नाम जरा ना रोशन करना चाहना कि दुनिया नू दसना चाहना कि छोटी जी उम्र आ अले अठवीं क्लास दे स्टूडेंट है ते छोटी जी उम्र आ ते एना दे स्टैंड एने के जबरदस्त है कि तुसी वेख के परेशान हो जाओगे ते थानू नाल अज दी इस वीडियो दे विच एना दे स्टैंड शेयर करने आ ते दुनिया नू ए दसना चाहते हैं ते असी किसे तो घट नहीं चलने आ असी ए वेखो जी एना दे उस्ताद ना ते एने दे ट्रेन कर देना ते ए भाई देव ਦਸਤਨਾ ਮਾਰਨੀ ਲਾਗੋ ਹੀ ਆਣਾ ਤੇ ਪਿੱਛੇ ਨੂੰ ਜੰਪ ਲੈਣਾ ਦਸਤਨਾ ਹੁਣ ਇੱਕ ਮਾਰ ਆ ਪੀ ਪਿੱਛੇ ਨੂੰ ਜੰਪ ਲਈ ਸਮੇਂ ਮੈਂ ਆਈ ਉੱਥੇ ਲੈ ਜਾ ਪਿੱਛੇ ਨੂੰ ਜੰਪ ਤੇ ਯਾਰ ਪਿੱਛੇ ਨੂੰ ਲੈ ਜਾ ਪਿੱਛੇ ਉੱਚਾਈ ਚ ਪਾਇਆ ਨਾ ਤਾਂ यासर भाई हम मारन गे एक दो दफा मत हो जबरदस्त जबरदस्त उमर दराज भाई ने स्टैंड मेरी और डिलीट उमर दराज भाई समर सेटर लाने ना जबरदस्त 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 ओहो मार ले जबरदस्त जबरदस्त ऐसी अज का जरा सा यासर भाई तो उमर दराज भाई का इंटरव्यू जरा कि थोड़े दोस्तों ने शेयर किया इन्हों का टैलेंट थोड़े ना शेयर किया आर्मी च जान की ख्वाहिश रख देना मैं उम्मीद करा थोनों अज का वीडियो मेरा पसंद आया है ते तुसी इस वीडियो नू ज़्यादा तो ज़्यादा शेयर करना ताकि भाई उन्हां दी हौसला अफजाई होवे और पाकिस्तान दा नाम रोशन कर सके ते दुआवां च याद रखियो इंशाल्लाह एक और जबरदस्त वीडियो लैके हाजिर होवांगे थोड़ी खिदमत च हुण दिओ सानू इजाजत पाकिस्तान जिंदाबाद पाकिस्तान जिंदाबाद हुण दिओ इजाजत अल्लाह हाफिज़।